ਅੱਛਾ ਹੁਣ ਸੁਣੋ ਚੂਹਿਆਂ ਦੀ ਗੱਲ। ਇਹ ਇੱਥੇ ਆਪਣੇ ਨਾਲ ਬੈਠੇ ਹੈਗੇ ਕੀ ਨਾਮ ਜਿਹੜੇ ਪੈਸਟ ਕੰਟਰੋਲ ਦੇ, ਦੇ ਆਰ ਦੀ ਬੈਸਟ ਇਨ ਨਦਰਨ ਇੰਡੀਆ। ਪਿਛਲੇ 3 ਮਹੀਨੇ ਤੋਂ ਇਹ ਕਰ ਰਹੇ ਹੈਗੇ ਆ ਪੈਸਟ ਕੰਟਰੋਲ, ਪਰ ਅੱਜ ਦੀ ਡੇਟ 'ਚ ਮੈਂ ਤੁਹਾਨੂੰ ਦੱਸਦਾ ਚੂਹਾ ਲੱਭੇ ਤਾਂ ਨਹੀਂ ਲੱਭਦਾ। ਇਹ ਨਹੀਂ ਕਿ ਸਾਨੂੰ ਲੱਭਣਾ ਲੋੜ ਹੈਗੀ ਹੈ, 3 ਮਹੀਨਿਆਂ 'ਚ ਅਸੀਂ ਟੋਟਲ ਰੋਡੈਂਟ ਕੰਟਰੋਲ ਕਰਤਾ ਔਰ ਬਿਲਕੁਲ ਠੀਕ ਹੈ ਨਾ। ਅਸੀਂ ਤੁਸੀਂ ਜਾ ਕੇ ਮਰੀਜ਼ਾਂ ਨੂੰ ਪੁੱਛ ਲਓ, ਸਟਾਫ ਨੂੰ ਪੁੱਛ ਲਓ, ਕਿਸੇ ਨੂੰ ਪੁੱਛ ਲਓ, ਹੁਣ ਇੱਥੇ ਉਹ ਪ੍ਰੋਬਲਮ ਨਹੀਂ ਰਹੀ ਰੋਡੈਂਟ ਦੀ। ਔਰ ਮੈਂ ਮਿਊਨਿਸਪਲ ਕਮਿਸ਼ਨਰ ਹੈਗੇ ਸੰਦੀਪ ਰਿਸ਼ੀ ਜੀ, ਉਹਨਾਂ ਨੂੰ ਰਿਕੁਐਸਟ ਕੀਤੀ ਸੀ। ਬਿਲਕੁਲ ਇਹ ਹੋਸਪਿਟਲ ਦੇ ਪਿੱਛੇ ਡੰਪ ਯਾਰਡ ਸੀ, ਉਹਨਾਂ ਨੇ ਉੱਥੋਂ ਡੰਪ ਯਾਰਡ ਵੀ ਚੱਕਤਾ ਅਤੇ ਉਹ। ਅੱਛਾ ਹੁਣ ਸੁਣੋ ਚੂਹਿਆਂ ਦੀ ਗੱਲ। ਇਹ ਇੱਥੇ ਆਪਣੇ ਨਾਲ ਬੈਠੇ ਹੈਗੇ ਕੀ ਨਾਮ ਜਿਹੜੇ ਪੈਸਟ ਕੰਟਰੋਲ ਦੇ ਆਰ ਦੀ ਬੈਸਟ ਇਨ ਨਦਰਨ ਇੰਡੀਆ। ਪਿਛਲੇ 3 ਮਹੀਨੇ ਤੋਂ ਇਹ ਕਰ ਰਹੇ ਹੈਗੇ ਆ ਪੈਸਟ ਕੰਟਰੋਲ, ਪਰ ਅੱਜ ਦੀ ਡੇਟ 'ਚ ਮੈਂ ਤੁਹਾਨੂੰ ਦੱਸਦਾ ਚੂਹਾ ਲੱਭੇ ਤਾਂ ਨਹੀਂ ਲੱਭਦਾ। ਇਹ ਨਹੀਂ ਕਿ ਸਾਨੂੰ ਲੱਭਣਾ ਲੋੜ ਹੈਗੀ ਹੈ, 3 ਮਹੀਨਿਆਂ 'ਚ ਅਸੀਂ ਟੋਟਲ ਰੋਡੈਂਟ ਕੰਟਰੋਲ ਕਰਤਾ ਔਰ ਬਿਲਕੁਲ ਠੀਕ ਹੈ ਨਾ। ਅਸੀਂ ਤੁਸੀਂ ਜਾ ਕੇ ਮਰੀਜ਼ਾਂ ਨੂੰ ਪੁੱਛ ਲਓ, ਸਟਾਫ ਨੂੰ ਪੁੱਛ ਲਓ, ਕਿਸੇ ਨੂੰ ਪੁੱਛ ਲਓ, ਹੁਣ ਇੱਥੇ ਉਹ ਪ੍ਰੋਬਲਮ ਨਹੀਂ ਰਹੀ ਰੋਡੈਂਟ ਦੀ। ਔਰ ਮੈਂ ਮਿਊਨਿਸਪਲ ਕਮਿਸ਼ਨਰ ਹੈਗੇ ਸੰਦੀਪ ਰਿਸ਼ੀ ਜੀ, ਉਹਨਾਂ ਨੂੰ ਰਿਕੁਐਸਟ ਕੀਤੀ ਸੀ। ਬਿਲਕੁਲ ਇਹ ਹੋਸਪਿਟਲ ਦੇ ਪਿੱਛੇ ਡੰਪ ਯਾਰਡ ਸੀ, ਉਹਨਾਂ ਨੇ ਉੱਥੋਂ ਡੰਪ ਯਾਰਡ ਵੀ ਚੱਕਤਾ ਅਤੇ ਉਹ ਵੀ